ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਫਨਕਾਰ ਤੇ ਅੱਜ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਸ਼ਖਸੀਅਤ ਦੀ ਮੈਂ ਗੱਲ ਕਰਨ ਜਾ ਰਹੀ ਹਾਂ ਉਹ ਐਸੀ ਸ਼ਖਸੀਅਤ ਨੇ ਜਿਨ੍ਹਾਂ ਦੀ ਪਛਾਣ ਬਹੁਤ ਜ਼ਿਆਦਾ ਹੈ ਔਰ ਉਹਨਾਂ ਨੂੰ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਨੇ ਉਹ ਸਕਰੀਨ ਤੇ ਤਾਂ ਬਹੁਤ ਘੱਟ ਆਉਂਦੇ ਨੇ ਲੇਕਿਨ ਉਹਨਾਂ ਦਾ ਨਾਮ ਹਰ ਇੱਕ ਜ਼ੁਬਾਨ ਤੇ ਹੈ ਉਹ ਇੱਕ ਐਸੀ ਸ਼ਖਸੀਅਤ ਨੇ ਜਿਨ੍ਹਾਂ ਨੇ ਕਦੀ ਇਹ ਸੋਚਿਆ ਨਹੀਂ ਸੀਗਾ ਕਿ ਅੱਜ ਉੱਥੇ ਪਹੁੰਚਣਗੇ ਪਰ ਉਸ ਮੁਕਾਮ ਤੇ ਪਹੁੰਚੇ ਉਹਨਾਂ ਨੂੰ ਚਾਹਣ ਵਾਲੇ ਬਹੁਤ ਹੈ ਦੁਨੀਆ ਤੇ ਉਹਨਾਂ ਦੇ ਗੀਤ ਜਿਹੜੇ ਨੇ ਕੋਨੇ-ਕੋਨੇ ਤੱਕ ਸੁਨੇ ਜਾਂਦੇ ਨੇ ਚਾਹੇ ਉਹ ਆਪਸ ਕਰੀਂਦੇ ਨਹੀਂ ਆਦੇ ਚਾਹੇ ਉਹਨਾਂ ਦੇ ਬੋਲ ਜਿਹੜੇ ਨੇ ਉਹ ਪੰਜਾਬੀ ਦੇ ਵਿੱਚ ਹੁੰਦੇ ਨੇ ਪਰ ਉਸ ਨੂੰ ਸਮਝਣ ਵਾਲੇ ਹਰ ਇੱਕ ਦੁਨੀਆ ਦੇ ਵਿੱਚ ਹੁੰਦੇ ਨੇ ਚਾਹੇ ਉਹਨਾਂ ਦੀ ਉਮਰ ਘੱਟ ਹੈ ਪਰ ਉਹਨਾਂ ਦੇ ਲਿਖੇ ਹੋਏ ਗੀਤ ਇਹ ਦਰਸਾਉਂਦੇ ਨੇ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਇਦ ਇੰਨਾ ਜ਼ਿਆਦਾ ਤਜਰਬਾ ਹੋ ਚੁੱਕਿਆ ਹੈ ਕਿ ਉਹ ਹਰ ਇੱਕ ਦੇ ਮਨ ਦੀ ਗੱਲ ਦਿਲ ਦੀ ਗੱਲ ਪੜ ਲੈਂਦੇ ਨੇ ਸੋ ਇੰਨੀਆਂ ਸਾਰੀਆਂ ਮੈਂ ਗੱਲਾਂ ਕਰ ਰਹੀ ਹਾਂ ਕਿ ਕੀ ਕਰ ਰਹੀ ਹਾਂ ਤੁਸੀਂ ਇਹ ਸੋਚਦੇ ਹੋਵੋਗੇ ਕਿ ਆਖਿਰ ਐਸਾ ਇਨਸਾਨ ਹੈ ਕੌਣ ਹੈ ਕਿ ਮੈਂ ਗੱਲ ਕਰ ਰਹੀ ਹਾਂ ਜੀ ਸ਼ਾਇਦ ਤੁਹਾਡਾ ਸਭ ਦਾ ਫੇਵਰਿਟ ਹੋਵੇ ਜਾਨੀ ਦੀ ਜੀ ਹਾਂ ਜਾਨੀ ਜੋਹਰ ਕੇਸ ਦਾ ਫੇਵਰਿਟ ਹੈ ਉਹਨਾਂ ਦੇ ਗੀਤ ਜਿਹੜੇ ਨੇ ਇੰਨੇ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਸੋ ਅੱਜ ਪ੍ਰੋਗਰਾਮ ਵਿੱਚ ਜਾਨੀ ਦੀ ਗੱਲ ਮੈਂ ਕਰਨ ਜਾ ਰਹੀ ਹਾਂ ਕਿ ਕਿਵੇਂ ਉਹਨਾਂ ਨੇ ਆਪਣੇ ਮੁਕਾਮ ਨੂੰ ਹਾਸਲ ਕੀਤਾ ਯਾਨੀ ਕਿਵੇਂ ਉਹ Songwriter ਬਣੇ ਜਦਕਿ ਉਹਨਾਂ ਦਾ ਸੁਪਨਾ ਤਾਂ ਵਿਦੇਸ਼ ਜਾਂਦਾ ਸੀ ਜਾਨੀ ਜਿਨ੍ਹਾਂ ਦਾ ਅਸਲ ਨਾਮ ਹੈ ਜੀ ਰਾਜੀਵ ਕੁਮਾਰ ਜਿਨ੍ਹਾਂ ਦਾ ਜਨਮ ਗਿੱਦੜਬਾਹ ਦੇ ਵਿੱਚ ਹੋਇਆ 1999 ਦੇ ਵਿੱਚ ਜਰਨੀ ਜੋ ਕਿ ਪੰਜਾਬੀ ਇੰਡਸਟਰੀ ਨਹੀਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਇੱਕ Songwriter ਨੇ ਤੇ Musical Composer ਨੇ ਸੋ ਇਹਨਾਂ ਦੇ ਇਸ ਟੈਲੈਂਟ ਦਾ ਜਿਹੜਾ ਹੁਨਰ ਹੈ ਨਾ ਜਿਹੜਾ ਇਹਨਾਂ ਦਾ ਹੁਨਰ ਉਹ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹੈ ਹਰ ਇੱਕ ਜਗ੍ਹਾ ਤੇ ਸੀਮਿਤ ਹੈ ਔਰ ਖਾਸ ਗੱਲ ਇਹ ਹੈ ਕਿ ਜਿੱਦਰ ਵੀ ਇਹ ਗਾਣਾ ਗਾ ਲੈਣ ਜਿੱਦਰ ਵੀ ਇਹ ਗੀਤ ਆਪਣੇ ਲਿਖਦੇ ਨੇ ਉਧਰ ਸਾਰੇ ਦੇ ਵਿੱਚ ਪੰਜਾਬੀ ਪਾਸ਼ਾ ਹਮੇਸ਼ਾ ਹੀ ਐਡ ਹੁੰਦੀ ਹੈ ਸੋ ਤੁਸੀਂ ਕਿੰਨੀ ਵਾਰ ਸੁਨੇ ਵੀ ਹੋਣੇ ਬਾਲੀਵੁੱਡ ਦੇ ਵਿੱਚ ਚੱਲਣ ਵਾਲੇ ਬਹੁਤ ਸਾਰੇ ਗੀਤ ਐਸੇ ਨੇ ਜੋ ਪੰਜਾਬੀ ਦੇ ਵਿੱਚ ਹੁੰਦੇ ਨੇ ਲੇਕਿਨ ਸਮਝੇ ਹਰ ਕਿਸੇ ਵੱਲੋਂ ਜਾਣਦੇ ਨੇ ਅਤੇ ਲਿਖੇ ਜਾਨੀ ਵੱਲੋਂ ਜਾਣਦੇ ਨੇ ਸੋ ਜਾਨੀ ਨੇ ਜਿਹੜੇ ਗੀਤ ਲਿਖੇ ਆ ਨਾ ਇਹਨਾਂ ਦੀਆਂ ਕਹਾਣੀਆਂ ਹੀ ਵੱਖਰੀਆਂ ਹੁੰਦੀਆਂ ਨੇ ਤੇ ਐਸੇ ਗੀਤ ਸ਼ਾਇਦ ਕੋਈ ਲਿਖ ਪਾਉਂਦਾ ਜੋ ਜਾਨੀ ਲਿਖ ਲੈਂਦਾ ਜਾਨੀ ਦੀ ਮੈਂ ਪੜਾਈ ਲਿਖਾਈ ਦੀ ਗੱਲ ਕਰਾਂ ਤਾਂ ਜਾਨੀ ਬਚਪਨ ਤੋਂ ਹੀ ਨਾਲ ਐਕਸੇ ਉਹਨਾਂ ਨੂੰ ਪੜਾਈ ਦਾ ਕੋਈ ਸ਼ੌਕ ਨਹੀਂ ਸੀਗਾ ਇਸ ਕਰਕੇ ਉਹ ਕਦੀ ਵੀ ਉਹਨਾਂ ਨੇ ਇੰਟਰਸਟ ਨਹੀਂ ਦਿਖਾਇਆ ਪੜਾਈ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜਾਨੀ ਇੱਕ ਵਾਰ ਆਪਣੇ ਸਕੂਲ ਤੋਂ ਭੱਜ ਕੇ ਘਰ ਆ ਗਏ ਸ਼ਕਤੀਮਾਨ ਦੇਖਣ ਵਾਸਤੇ ਔਰ ਤਿੰਨ ਦਿਨ ਤੱਕ ਤਿੰਨ ਦਿਨ ਉਹਨਾਂ ਨੂੰ ਸਕੂਲ ਦੇ ਵਿੱਚ ਪਿਨਿਸ਼ਮੈਂਟ ਮਿਲੇ ਉਹਨਾਂ ਨੇ ਸਜ਼ਾ ਲੈ ਲਈ ਪਰ ਉਹਨਾਂ ਨੇ ਕਿਹਾ ਕੋਈ ਚੱਕਰ ਨਹੀਂ ਆਇਆ ਸ਼ਕਤੀਮਾਨ ਦਾ ਮਜ਼ਾ ਜੋ ਆਇਆ ਨਾ ਉਹ ਅਲੱਗ ਹੀ ਸੀਗਾ ਪਿਨਿਸ਼ਮੈਂਟ ਦਾ ਮਜ਼ਾ ਤੇ ਵੱਖਰੀ ਗੱਲ ਹੈ ਸੋ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿਉਂਕਿ ਉਹਨਾਂ ਨੂੰ ਪੜਾਈ 'ਚ ਕੋਈ ਸ਼ੌਕ ਨਹੀਂ ਸੀਗਾ ਫਿਰ ਹੌਲੀ-ਹੌਲੀ ਵੱਡੇ ਹੁੰਦੇ ਰਹੇ ਉਹਨਾਂ ਨੇ ਫਿਰ ਹੋਟਲ ਮੈਨੇਜਮੈਂਟ ਦਾ ਇਸ ਤੋਂ ਲਾਵਾ ਉਹਨਾਂ ਨੇ ਵਿਦੇਸ਼ ਜਾਣ ਦੀ ਤਿਆਰੀ ਕਰ ਲਈ ਸੀ ਕਿ ਆਸਟ੍ਰੇਲੀਆ ਜਾਣਾ ਚਾਹੁੰਦੇ ਸੀਗੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਦੋ ਵਾਰ ਆਪਣੇ ਪੇਪਰ ਵੀ ਦਿੱਤੇ ਪਰ ਉਸਦੇ ਵਿੱਚ ਉਹ ਫੇਲ ਹੋ ਗਏ ਸੀਗੇ ਪਰ ਜਦੋਂ ਉਹਨਾਂ ਨੇ تیسੇ ਵਾਰ ਪੇਪਰ ਦਿੱਤੇ ਤੇ ਉਹ ਪਾਸ ਹੋ ਗਏ ਤੇ 15-20 ਦਿਨਾਂ ਦੇ ਵਿੱਚ ਉਹਨਾਂ ਨੇ ਆਪਣਾ ਵਿਦੇਸ਼ ਜਾਣ ਦਾ ਪਲਾਨ ਪੂਰਾ ਤਿਆਰ ਕਰ ਲਿਆ ਸੀ ਪਰ ਕੁਝ ਐਸਾ ਹੋਇਆ ਜਿਸ ਨੇ ਉਹਨਾਂ ਨੂੰ ਰੋਕ ਦਿੱਤਾ ਜਦੋਂ ਜੌਨੀ ਨੇ 15-20 ਦਿਨ ਰਹਿ ਗਏ ਸੀ ਉਹਨਾਂ ਦੇ ਵਿਦੇਸ਼ ਜਾਉਣ ਨੂੰ ਜਦੋਂ ਤਿਆਰੀ ਕਰ ਰਹੇ ਸੀ ਤੇ ਉਦੋਂ ਉਹਨਾਂ ਨੂੰ ਇੱਕ ਵਾਰ ਫੋਨ ਕਾਲ ਆਉਂਦਾ ਹੈ ਉਹਨਾਂ ਦੇ ਕਿਸੇ ਦੋਸਤ ਦਾ ਉਹਨਾਂ ਦੇ ਦੋਸਤ ਦੀ ਇੱਕ ਫਰਮਾਇਸ਼ ਹੁੰਦੀ ਹੈ ਕਿ ਉਹਨਾਂ ਦੇ ਦੋਸਤ ਦੇ ਅੱਗੇ ਦੋਸਤ ਨੇ ਕਿਸੇ ਲਈ ਗੀਤ ਲਿਖਿਆ ਹੁੰਦਾ ਉਸ ਨੂੰ ਠੀਕ ਕਰਨਾ ਹੁੰਦਾ ਤੇ ਜਿਹੜਾ ਜਾਨੀ ਦਾ ਫਰੈਂਡ ਸੀ ਨਾ ਔਰ ਉਹਨਾਂ ਦੇ ਫਰੈਂਡ ਦੇ ਅੱਗੇ ਫਰੈਂਡ ਸੀ ਨਾ ਉਹ ਸੀ ਹਾਰਡੀ ਸੰਤੂ ਜੀ ਹਾਂ ਹਾਰਦੀ ਸੰਧੂ ਨੇ ਇੱਕ ਗੀਤ ਲਿਖਿਆ ਸੀ ਟਕੇਲਾ ਸ਼ੌਟ ਤੁਸੀਂ ਉਹ ਗੀਤ ਸੁਨਿਆ ਵੀ ਹੋਏਗਾ ਇਸ ਗੀਤ ਵਿੱਚ ਬਹੁਤ ਵੱਡਾ ਯੋਗਦਾਨ ਜਾਨੀ ਦਾ ਵੀ ਹੈ ਜੀ ਹਾਂ ਇਹ ਗੀਤ ਜਦੋਂ ਹਾਰਦੀ ਸੰਧੂ ਨੇ ਵੱਲੋਂ ਪੇਸ਼ ਕੀਤਾ ਗਿਆ ਤਾਂ ਉਸ ਵਿੱਚ ਕਾਫੀ ਜ਼ਿਆਦਾ ਕਮੀਆਂ ਉਹਨਾਂ ਨੂੰ ਲੱਗੀਆਂ ਹਾਰਦੀ ਸੰਧੂ ਇਸ ਨੂੰ ਸੁਧਾਰਨਾ ਚਾਹੁੰਦੇ ਸਿਗੇ ਇਸ ਕਰਕੇ ਉਹਨਾਂ ਨੇ ਆਪਣੇ ਇੱਕ ਦੋਸਤ ਤੋਂ ਇਸ ਲਈ ਮਦਦ ਮੰਗੀ ਕਿ ਮੇਰੀ ਮਦਦ ਕਰ ਮੈਂ ਇਸ ਗੀਤ ਨੂੰ ਚੇਂਜ ਕਰਨਾ ਚਾਹੁੰਦਾ ਔਰ ਇਸ ਗੀਤ ਨੂੰ ਚੇਂਜ ਇਸ ਗੀਤ ਦੇ ਵਿੱਚ ਚੇਂजेस ਹੋਣੀਆਂ ਚਾਹੀਦੀਆਂ ਨੇ ਜਦੋਂ ਉਹਨਾਂ ਦੇ ਦੋਸਤ ਨੂੰ ਇਹ ਲੱਗਾ ਕਿ ਹਾਂ ਇਸ ਗੀਤ ਦੇ ਵਿੱਚ ਚੇਂजेस ਹੋਣੀਆਂ ਚਾਹੀਦੀਆਂ ਨੇ ਤੇ 체ンジਸ કોણ ਕਰ ਸਕਦਾ ਹੈ ਤੇ ਉਸ ਜਾਨੀ ਤੇ ਉਹਨਾਂ ਦੇ ਦੋਸਤ ਨੇ ਅੱਗੇ ਆਪਣੇ ਦੋਸਤ ਜਾਨੀ ਨੂੰ ਫੋਨ ਕੀਤਾ ਜਦੋਂ ਜਾਨੀ ਨੂੰ ਇਸ ਲਈ ਫੋਨ ਕੋਲ ਹੈ ਸੀ ਨਾ ਉਹ ਇੱਕ ਸਰਕਾਰੀ ਬੱਸ ਵਿੱਚ ਟ੍ਰੈਵਲ ਕਰ ਰਹੇ ਸੀਗੇ ਉਦੋਂ ਉਹਨਾਂ ਨੇ ਇਹ ਸਾਰੀ ਗੱਲ ਸੁਣੀ ਤੇ ਉਹਨਾਂ ਨੇ ਕਿਹਾ ਠੀਕ ਹੈ ਮੈਂ ਇਸ ਕੀਤ ਨੂੰ ਠੀਕ ਕਰਾਂਗਾ ਉਸੇ ਬੱਸ ਵਿੱਚ ਸਫ਼ਰ ਕਰਦੇ ਹੋਏ ਸਪੀਕਰ ਤੇ ਫੋਨ ਲਗਾਉਂਦੇ ਹੋਏ ਉਹਨਾਂ ਨੇ ਇਸ ਸਾਰੇ ਗੀਤ ਨੂੰ ਠੀਕਾ ਦਿੱਤਾ ਇਧਰੋਂ ਚੇਂਜ ਕੀਤੇ ਉਧਰੋਂ ਚੇਂਜੇਸ ਕੀਤੇ ਹਰ ਇੱਕ ਚੇਂਜੇਸ ਉਹਨਾਂ ਨੇ ਕਰਵਾਈ ਉਸ ਤੋਂ ਬਾਅਦ ਕੀ ਸੀਗਾ ਹਾਰਦੀ ਸੰਦੂ ਨੇ ਇਹ ਗੀਤ ਬਹੁਤ ਪਸੰਦ ਆਇਆ ਉਹਨਾਂ ਨੂੰ ਜਾਨੀ ਬਹੁਤ ਪਸੰਦ ਹੈ ਉਹਨਾਂ ਨੇ ਕਿਹਾ ਇਹ ਬੰਦਾ ਦਾ ਬਹੁਤ ਕੈਂਟ ਹੈ ਇੱਕ ਬੰਦੇ ਨੇ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਗੀਤ ਨੂੰ ਬਹੁਤ ਵਧੀਆ ਕਰ ਦਿੱਤਾ ਤੇ ਮੈਨੂੰ ਇਹ ਗੀਤ ਪਸੰਦ ਆਇਆ ਉਸ ਤੋਂ ਬਾਅਦ ਇਹ ਗੀਤ ਰਿਲੀਜ਼ ਹੋਇਆ ਤੇ ਸੁਪਰ ਡੁਪਰ ਹਿੱਟ ਹੋ ਗਿਆ ਸੀਗਾ ਔਰ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਗਿਆ ਇਸ ਤੋਂ ਬਾਅਦ ਹਾਰਦੀ ਸੰਦੂ ਨੇ ਜਾਨੀ ਦੀ ਤਾਰੀਫ਼ ਕੀਤੀ ਪਰ ਇਸਨਾਰ ਉਹਨਾਂ ਦੀ ਥੋੜੀ ਬਹੁਤ ਪਛਾਣ ਬਣ ਗਈ ਸੀਗੀ ਪਰ ਇੰਡਸਟਰੀ ਦੇ ਵਿੱਚ ਆਉਣ ਵਾਸਤੇ ਤੁਹਾਨੂੰ ਥੋੜੀ ਬਹੁਤ ਪਛਾਣ ਦੀ ਲੋੜ ਨਹੀਂ ਹੁੰਦੀ ਬਹੁਤ ਜ਼ਿਆਦਾ ਵੱਡੀ ਪਛਾਣ ਦੀ ਵੀ ਕਈ ਵਾਰ ਜ਼ਰੂਰਤ ਹੁੰਦੀ ਹੈ ਇਸ ਲਈ ਜਾਣੀ ਦੇ ਲਈ ਇੰਡਸਟਰੀ ਵਿੱਚ ਕਦਮ ਰੱਖਣਾ ਥੋੜਾ ਜਹਲੇ ਮੁਸ਼ਕਿਲ ਸੀਗਾ ਚਾਹੇ ਉਹਨਾਂ ਨੇ ਹਾਰਡੀਸਨ ਦੀ ਮਦਦ ਕੀਤੀ ਸੀ ਪਰ ਉਹਨਾਂ ਲਈ ਕਦਮ ਰੱਖਣਾ ਥੋੜਾ ਜਹਲੇ ਹੋਰ ਮੁਸ਼ਕਿਲ ਸੀਗਾ ਇਸ ਕਰਕੇ ਉਹਨਾਂ ਨੇ ਬਹੁਤ ਸਾਰੀ ਕੋਸ਼ਿਸ਼ਾਂ ਵੀ ਕੀਤੀਆਂ ਸੀਗੀਆਂ ਪਰ ਉਹ ਵਿਦੇਸ਼ ਜਾ ਕੇ ਇੱਕ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਸੀ ਅਤੇ ਵਿਦੇਸ਼ ਜਾ ਕੇ ਕਿਸੇ ਹੋਟਲ ਵਿੱਚ ਕੰਮ ਕਰਨ ਦਾ ਇਹ ਉਹਨਾਂ ਦਾ ਇੱਕ ਸੁਪਨਾ ਸੀਗਾ ਇਸ ਕਰਕੇ ਉਹਨਾਂ ਨੇ ਕੋਈ ਕੁ ਰਵੀ ਦਿਨਾਂ ਦੇ ਵਿੱਚ ਇਹ ਚੇਂਜਸ ਆਇਆ ਕਿ ਉਹਨਾਂ ਨੂੰ ਹਾਰਡੀ ਸੰਧੂ ਵੱਲੋਂ ਕੋਲ ਆਂਦਾ ਹੈ ਤੇ ਇਸ ਵਿੱਚ ਚੇਂਜਸ ਕਰਾਏ ਜਾਂਦੇ ਨੇ ਇਸ ਨੇ ਜਾਨੀ ਦੀ ਜ਼ਿੰਦਗੀ ਬਦਲ ਦਿੱਤੀ ਜਾਨੀ ਨੇ ਨਾ ਬੜੀਆਂ ਕੋਸ਼ਿਸ਼ਾਂ ਕੀਤੀਆਂ ਅੱਗੇ ਵਧਣ ਦੀਆਂ ਤੇ ਉਹਨਾਂ ਦੀ ਕੋਸ਼ਿਸ਼ ਕੋਈ ਵੀ ਨਾਕਾਮ ਨਹੀਂ ਰਹੀ ਜਾਨੀ ਨੂੰ ਲਿਖਣ ਦਾ ਸ਼ੌਂਕ ਜ਼ਰੂਰ ਸੀਗਾ ਪਰ ਜਾਨੀ ਨੇ ਕਦੀ ਇਹ ਸੋਚਿਆ ਨਹੀਂ ਸੀਗਾ ਜਾਨੀ ਹਮੇਸ਼ਾ ਗੀਤ ਨੂੰ ਲਿਖਦੇ ਨੇ ਕੁਝ ਨਾ ਕੁਝ ਦੇਖ ਕੇ ਸਿਚੁਏਸ਼ਨ ਦੇਖ ਕੇ ਕੁਝ ਸੋਚ ਕੇ ਇਮੇਜਿਨ ਕਰਕੇ ਮਤਲਬ ਉਹ ਕਿਸੇ ਨਾ ਕਿਸੇ ਸਿਚੁਏਸ਼ਨ ਦੇ ਹਿਸਾਬ ਨਾਲ ਆਪਣੇ ਗੀਤ ਨੂੰ ਲਿਖਦੇ ਨੇ ਇਹ ਉਹਨਾਂ ਨੇ ਖੁਦ kiya ਹੈ ਇੱਕ ਗੀਤ ਜੋ ਹੈ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਜਿਸ ਦਾ ਨਾਮ ਹੈ ਸੋਚ ਤੋਂ ਪਰੇ ਕਿ ਤੁਸੀਂ ਜਾਣਦੇ ਹੋ ਕਿ ਗੀਤ ਕਿਸ ਤਰੀਕੇ ਨਾਲ ਲਿਖਿਆ ਗਿਆ ਹੈ ਇਹ ਗੀਤ ਉਹ ਗੀਤ ਹੈ ਜੋ ਸ਼ਾਇਦ ਹੀ ਕਿਸੇ ਦੀ ਪਲੇਲਿਸਟ ਵਿੱਚ ਨਾ ਹੋਵੇ ਇਸ ਗੀਤ ਨੂੰ ਸ਼ਾਇਦ ਹੀ ਕਿਸੇ ਨੇ ਪਸੰਦ ਨਾ ਕੀਤਾ ਹੋਵੇ ਕਿਉਂਕਿ ਗੀਤ ਸੁਪਰ ਡੂਪਰ ਹਿੱਟ ਗਿਆ ਸੀ ਉਸ ਤੋਂ ਬਾਅਦ ਇਹ ਗੀਤ ਬਾਲੀਵੁੱਡ ਵਿੱਚ ਵੀ ਗਿਆ ਸੀਗਾ ਇਸ ਗੀਤ ਨੂੰ ਪਸੰਦ ਕਰਨ ਵਾਲੇ ਬਹੁਤ ਲੋਕ ਸੀਗੇ ਤੇ ਗੀਤ ਬਹੁਤ ਜ਼ਿਆਦਾ ਸੁਪਰ ਹਿੱਟ ਰਿਹਾ ਸੀਗਾ ਪਰ ਇਸ ਦੀ ਅਸਲ ਦੀ ਪਿੱਛੇ ਦੀ ਕਹਾਣੀ ਨਾ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਜੀ ਹਾਂ ਜਾਨੀ ਦੱਸਦੇ ਹੁੰਦੇ ਆ ਕਿ ਇੱਕ ਵਾਰ ਉਹਨਾਂ ਦੇ ਦੋਸਤ ਦਾ ਬ੍ਰੇਕਅਪ ਹੋ ਜਾਂਦਾ ਹੈ ਅਤੇ ਉਹਨਾਂ ਦੋਨਾਂ ਦਾ ਪੈਚਅਪ ਕਰਾਉਣ ਵਾਸਤੇ ਯਾਨੀ ਕਿ ਉਹਨਾਂ ਦੇ ਦੋਸਤ ਔਰ ਉਹਨਾਂ ਦੀ ਗਰਲਫ੍ਰੈਂਡ ਦਾ ਉਹਨਾਂ ਦੀ ਉਸ ਦੀ ਗਰਲਫ੍ਰੈਂਡ ਤੇ ਦੋਸਤ ਦਾ ਪੈਚ ਅਪ ਕਰਾਉਣ ਵਾਸਤੇ ਜਾਣ ਵਿੱਚ ਪੈਚ ਅਪ ਕਰਾਉਣ ਵਾਸਤੇ ਚਲੇ ਜਾਂਦੇ ਨੇ ਉਹ ਤੇ ਜਾ ਕੇ ਆਪਣੇ ਦੋਸਤ ਦੀ ਗਰਲਫ੍ਰੈਂਡ ਨੂੰ ਮਿਲਦੇ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਦੇ ਨੇ ਤੇ ਉਹਨਾਂ ਦੀ ਗੱਲ ਨੂੰ ਸਮਝਦੇ ਨੇ ਉਸ ਤੋਂ ਬਾਅਦ ਆਪਣੇ ਦੋਸਤ ਕੋਲ ਆਉਂਦੇ ਨੇ ਤੇ ਉਸ ਨੂੰ ਇਹ ਗੱਲ ਕਹਿੰਦੇ ਨੇ ਕਿ ਤੈਨੂੰ ਨਹੀਂ ਪਤਾ ਕਿ ਉਹ ਤੈਨੂੰ ਕਿੰਨਾ ਜ਼ਿਆਦਾ ਪਿਆਰ ਕਰਦੀ ਹੈ ਸ਼ਾਇਦ ਇਹ ਗੱਲ ਤੇਰੀ ਸੋਚ ਤੋਂ ਪਰੇ ਹੈ ਕਿ ਉਹ ਤੈਨੂੰ ਲੜਕੀ ਜਿਹੜੀ ਤੇਰੀ ਗਰਲਫ੍ਰੈਂਡ ਹੈ ਉਹ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਇਸ ਗੱਲ ਤੋਂ ਬਾਅਦ ਜਾਨੀ ਦੇ ਮਨ ਦੇ ਵਿੱਚ ਇੱਕ ਲਾਈਨ ਆਈ ਔਰ ਜਾਨੀ ਨੇ ਕਿਹਾ ਇਹ ਲਾਈਨ ਬਹੁਤ ਅੱਛੀ ਨਿਕਲ ਆਈ ਹੈ ਇਹ ਤਾਂ ਬਹੁਤ ਵਧੀਆ ਗੀਤ ਬਣ ਗਿਆ ਮਤਲਬ ਇੱਕ ਬਹੁਤ ਅੱਛੀ ਲਾਈਨ ਬਣ ਗਈ ਹੈ ਔਰ ਜਾਨੀ ਨੇ ਇਸ ਚੀਜ਼ ਨੂੰ ਨੋਟ ਕਰ ਲਿਆ ਇਸ ਨੂੰ ਨੋਟ ਕਰਨ ਤੋਂ ਬਾਅਦ ਉਹਨਾਂ ਨੇ ਇਸ ਉੱਤੇ ਇੱਕ ਗੀਤ ਲਿਖਿਆ ਜਾਨੀ ਆਪਣੀ ਗੱਡੀ ਦੇ ਵਿੱਚ ਬੈਠ ਕੇ ਚਲੇ ਗਏ ਔਰ ਉਹਨਾਂ ਦੋਨਾਂ ਨੂੰ ਇੱਕ ਪਾਸੇ ਛੱਡ ਗਏ ਉਹਨਾਂ ਤੋਂ ਨਜਪੈਚਪ ਹੋਇਆ ਕਿ ਨਹੀਂ ਹੋਇਆ ਇਹ ਤਾਂ ਚਲੋ ਨਹੀਂ ਪਤਾ ਪਰ ਜਾਨੀ ਇਹਨਾਂ ਦੋਨਾਂ ਦੀ ਗੱਲ ਕਰਕੇ ਕਲੀਅਰ ਇਹਨਾਂ ਦੋਨਾਂ ਦੀ ਆਪਸ ਵਿੱਚ ਸੁਲਾ ਇਹ ਗੱਲਬਾਤ ਕਰਵਾ ਕੇ ਆਪ ਉਹ ਤੋਂ ਨਿਕਲ ਗਏ ਗੱਡੀ ਦੇ ਵਿੱਚ ਔਰ ਉੱਥੇ ਜਾ ਕੇ ਉਹਨਾਂ ਨੇ ਇਸ ਗੀਤ ਨੂੰ ਲਿਖਿਆ ਔਰ ਇਸ ਨੂੰ ਗੀਤ ਨੂੰ ਲਿਖਣ ਤੋਂ ਬਾਅਦ ਇਹ ਗੀਤ ਜਿਹੜਾ ਹੈ ਬਾਅਦ ਵਿੱਚ ਹਾਰਦੀ ਸੰਧੂ ਵੱਲੋਂ ਗਾਇਆ ਗਿਆ ਹਾਰਦੀ ਸੰਧੂ ਨੂੰ ਇਹ ਗੀਤ ਸੌਪਿਆ ਗਿਆ ਉਹਨਾਂ ਨੂੰ ਦਿਖਾਇਆ ਗਿਆ ਹਾਰਦੀ ਸੰਧੂ ਨੇ ਗੀਤ ਬਹੁਤ ਪਸੰਦ ਆਇਆ ਤੇ ਉਹਨਾਂ ਨੇ ਇਸ ਲਈ ਹਾਂ ਵੀ ਕੀਤੀ ਸੀ ਹਾਰਦੀ ਸੰਧੂ ਨਾਲ ਜਾਨੀ ਦੀ ਢੋਲੀ ਬਤ ਮੁਲਾਕਾਤ ਹੋ ਚੁੱਕੀ ਸੀ ਉਹਨਾਂ ਦੀ ਪਛਾਣ ਹੋ ਚੁੱਕੀ ਸੀ ਇਸ ਕਰਕੇ ਦੋਨਾਂ ਨੇ ਮਿਲ ਕੇ ਕੰਮ ਕੀਤਾ ਹਾਰਦੀ ਸੰਧੂ ਨੇ ਜਦੋਂ ਗੀਤ ਗਾਇਆ ਤੇ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਤੇ ਇਸ ਗੀਤ ਦੀ ਫੈਨ ਇਨਵੋਲਵਿੰਗ ਬਹੁਤ ਜ਼ਿਆਦਾ ਵੱਧ ਗਈ ਉਦੋਂ ਸਿਰਫ 10% ਲੋਕ ਸੀ ਜੋ ਜਾਨੀ ਨੂੰ ਜਾਣਦੇ ਸਿਗੇ ਪਰ ਜਾਨੀ ਦੀ ਪਹਿਚਾਨ ਜੋ ਅੱਜ ਹੈ ਉਹ 90 ਤੋਂ ਵੀ ਪਾਰ ਹੈ 100 ਤੋਂ ਵੀ ਪਾਰ ਹੈ ਜੋ ਉਹਨਾਂ ਦੀ ਪਹਿਚਾਨ ਅੱਜ ਬਣ ਚੁੱਕੀ ਹੈ ਅੱਜ ਉਹਨਾਂ ਨੂੰ ਹਰ ਕੋਈ ਜਾਣਦਾ ਹੈ ਜਾਨੀ ਦੀ ਗੱਲ ਚੱਲਦੀ ਹੋਵੇ ਤੇ ਪੀ ਬਰਾਗ ਦੀ ਗੱਲ ਨਾ ਹੋਵੇ ਐਸਾ ਹੋ ਹੀ ਨਹੀਂ ਸਕਦਾ ਕਿਉਂਕਿ ਅੱਜਕੱਲ ਦਾ ਸਿਰਫ ਇਹਨਾਂ ਦੋਨਾਂ ਦੀ ਜੋੜੀ ਵੇਖਣ ਨੂੰ ਮਿਲਦੀ ਹੈ ਇਹਨਾਂ ਦੋਨਾਂ ਦੇ ਗੀਤ ਜਿਹੜੇ ਨੇ ਹਮੇਸ਼ਾ ਹੀ ਹਿੱਟ ਜਾਂਦੇ ਨੇ ਚਾਹੇ ਬਾਲੀਵੁੱਡ ਦੇ ਵਿੱਚ ਹੋਣ ਚਾਹੇ ਹੋ ਪਾਲੀਵੁੱਡ ਵਿੱਚ ਹੋਣ ਇਹਨਾਂ ਦੋਨਾਂ ਦੇ ਗੀਤ ਜਿਹੜੇ ਨੇ ਹਮੇਸ਼ਾ ਵੱਡੇ ਵੱਡੇ ਸੁਪਰਸਟਾਰ ਵੀ ਕਰਦੇ ਨੇ ਔਰ ਸ਼ੂਟ ਕੀਤਾ ਜਾਂਦਾ ਹੈ ਜਿਸ ਵਿੱਚ ਅਕਸ਼ੇ ਕੁਮਾਰ ਵੀ ਬਹੁਤ ਵਾਰ ਵੇਖੇ ਜਾ ਚੁੱਕੇ ਨੇ ਇਸ ਤੋਂ ਬਾਅਦ ਬਹੁਤ ਸਾਰੇ ਕਲਾਕਾਰਾਂ ਨੂੰ ਅਸੀਂ ਇਹਨਾਂ ਦੇ ਗੀਤਾਂ ਦੇ ਉੱਤੇ ਦੇਖਿਆ ਹੈ ਇਸੇ ਤਰੀਕੇ ਦੇ ਨਾਲ ਇਹਨਾਂ ਦੀ ਜੋੜੀ ਜਿਹੜੀ ਹੈ ਬਹੁਤ ਜ਼ਿਆਦਾ ਫ ਦੀ ਵਿਪੇਚਨ ਇੰਨੀ ਜ਼ਿਆਦਾ ਨਹੀਂ ਸੀ ਇੰਡਸਟਰੀ ਦੇ ਵਿੱਚ ਇਸ ਕਰਕੇ ਪੀ ਬ੍ਰਾਕ ਵੀ ਇਹਨਾਂ ਨੂੰ ਨਹੀਂ ਜਾਣਦੇ ਸਿਗੇ ਜਾਨੀ ਨੇ ਬਹੁਤ ਵਾਰ ਕੋਸ਼ਿਸ਼ ਕੀਤੀ ਪੀ ਬ੍ਰਾਕ ਦੇ ਨਾਲ ਗੱਲਬਾਤ ਕਰਨ ਦੀ ਉਹਨਾਂ ਨੇ ਬਹੁਤ ਵਾਰ ਪੀ ਬ੍ਰਾਕ ਨੂੰ ਮੈਸੇजेस ਕੀਤੇ ਪਰ ਪੀ ਬ੍ਰਾਕ ਨੇ ਕੋਈ ਰਿਸਪਾਂਸ ਨਹੀਂ ਦਿੱਤਾ ਔਰ ਕੋਈ ਰਿਸਪਾਂਸ ਨਾ ਮਿਲਦੇ ਜਾਨੀ ਥੋੜੇ ਜੇ ਨਰਾਸ਼ ਹੋ ਚੁੱਕੇ ਸਿਗੇ ਇਸ ਤੋਂ ਬਾਅਦ ਉਹਨਾਂ ਨੇ ਪੀ ਬ੍ਰਾਕ ਨੂੰ ਇੱਕ ਹੋਰ ਮੈਸੇਜ ਕੀਤਾ ਇਸ ਮੈਸੇਜ ਦੇ ਵਿੱਚ ਪੀ ਬ੍ਰਾਕ ਨੇ ਲਿਖਿਆ ਕਿ ਸਰ ਮੈਂ ਤੁਹਾਨੂੰ ਪੈਸੇ ਦੇਣ ਲਈ ਤਿਆਰ ਹਾਂ ਮੇਰੇ ਕੋਲ ਪੈਸੇ ਹੈ ਮੈਂ ਤੁਹਾਨੂੰ ਤੁਹਾਡੀ ਪੇਮੈਂਟ ਜ਼ਰੂਰ ਦਵਾਂਗਾ ਪਲੀਜ਼ ਤੁਸੀਂ ਮੇਰੇ ਨਾਲ ਕੰਮ ਕਰਨ ਦੇ ਲਈ ਰਾਜ਼ੀ ਹੋ ਜਾਓ ਜਦੋਂ ਪੇਮੈਂਟ ਦੀ ਗੱਲ ਕੀਤੀ ਗਈ ਉਦੋਂ ਵੀ ਬਰਾਕ ਨੇ ਰਿਪਲਾਈ ਕੀਤਾ ਅਤੇ ਗੱਲਬਾਤ ਕੀਤੀ ਜਾਨੀ ਦੇ ਨਾਲ ਫਿਰ ਕਿਸੇਗਾ ਫਿਰ ਦੋਨਾਂ ਦੀ ਕੰਪਨੀ ਬਣ ਗਈ ਦੋਨਾਂ ਦੀ ਜੋੜੀ ਬਣ ਗਈ ਅਤੇ ਦੋਨਾਂ ਦੀ ਜੋੜੀ ਨੇ ਹਰ ਪਾਸੇ ਤੁਮਬ ਮਚਾ ਦਿੱਤੀਆਂ ਤੇ ਹਲੇ ਤੱਕ ਇਹ ਤੁਮਬ ਚੱਲ ਰਹੀਆਂ ਨੇ আর ਹਲੇ ਤੱਕ ਇਹਨਾਂ ਦੋਨਾਂ ਦੀ ਜੋੜੀ ਦੇ ਗੀਤ ਜਿਹੜੇ ਨੇ ਬਹੁਤ ਜ਼ਿਆਦਾ ਹਿੱਟ ਹੋ ਰਹੇ ਨੇ ਰੀਸੈਂਟਲੀ ਇੱਕ ਗੀਤ ਆਇਆ ਸੀ ਪਾਉਂ ਕੀ ਜੁੱਤੀ ਜੋ ਤੁਸੀਂ ਸਭ ਨੇ ਲਿਖੀ ਸੁਣਿਆ ਹੋਣਾ ਅਜੀਤ ਜਾਨੀ ਨੇ ਬਹੁਤ ਵਧੀਆ ਗੀਤ ਲਿਖਿਆ ਹੈ ਔਰ ਇਹ ਗੀਤ ਬਹੁਤ ਹਿੱਟ ਵੀ ਗਿਆ ਹੈ ਇਸ ਤੋਂ ਇਲਾਵਾ ਵੀ ਹੋਰ ਵੀ ਬਹੁਤ ਸਾਰੇ ਗੀਤ ਹੈ ਇਸ ਪਰ ਵੀ ਤਾਂ ਦੱਸੂਗੀ ਪਰ ਪੀਬਰਾਗ ਦੇ ਨਾਲ ਜੋ ਨਦੀ ਜੋੜੀ ਬਣੀ ਹੈ ਇਸ ਨੇ ਹਰ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਇਨਾਂ ਤੋਂ ਨਾ ਦੇ ਗੀਤ ਜਿਹੜੇ ਬਹੁਤ ਵਧੀਆ ਗਾਏ ਜਾਂਦੇ ਨੇ ਲਿਖੇ ਜਾਂਦੇ ਨੇ ਹਰ ਇੱਕ ਚੀਜ਼ ਬਹੁਤ ਵਧੀਆ ਤੇ ਪਰਫੈਕਟ ਤਰੀਕੇ ਦੇ ਨਾਲ ਜਿਹੜੀ ਹੈ ਵਧੀਆ ਲੱਗਦੀ ਹੈ ਜਿਸ ਕਰਕੇ ਲੋਕ ਇਨਾਂ ਦੇ ਗੀਤਾਂ ਨੂੰ ਪਸੰਦ ਕਰਦੇ ਨੇ ਜਾਨੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਕਦੇ ਨਹੀਂ ਸੋਚਿਆ ਸੀ ਕਿ ਉਹ ਕੁਝ ਬਣ ਜਾਣਗੇ ਪਰ ਉਹ ਅਸਲ ਦੇ ਵਿੱਚ ਕੁਝ ਬਣੇ ਉਹਨਾਂ ਦੇ ਅੰਦਰ ਦਾ ਟੈਲੈਂਟ ਉਹਨਾਂ ਨੂੰ ਇੱਥੇ ਤੱਕ ਲੈ ਕੇ ਆਇਆ ਸੋ ਪੜਾਈ ਲਿਖਾਈ ਤੇ ਜ਼ਿੰਦਗੀ ਵਿੱਚ ਜ਼ਰੂਰੀ ਹੈ ਅੱਗੇ ਵਧਣ ਲਈ ਪਰ ਤੁਹਾਡੇ ਅੰਦਰ ਇੱਕ ਟੈਲੈਂਟ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਰ ਤੁਹਾਡੇ ਅੰਦਰ ਕੋਈ ਟੈਲੈਂਟ ਹੁੰਦਾ ਹੈ ਨਾ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਕਰ ਸਕਦੇ ਹੋ। ਆਪਣੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਜੋ ਤੁਹਾਡਾ ਸ਼ੌਂਕ ਹੈ, ਜੋ ਤੁਸੀਂ ਦਿਲ ਨਾਲ ਕਰਨਾ ਚਾਹੁੰਦੇ ਹੋ ਨਾ ਉਹਨੂੰ ਜ਼ਰੂਰ ਕਰੋ ਕਿਉਂਕਿ ਉਹ ਫਿਰ ਇੱਕ ਦਿਨ ਜ਼ਰੂਰ ਪੂਰਾ ਹੋਏਗਾ ਅਗਰ ਉਹਦੇ ਉੱਤੇ ਤੁਸੀਂ ਬਹੁਤ ਮਿਹਨਤ ਕਰਦੇ ਹੋ। ਇਸੇ ਤਰੀਕੇ ਨਾਲ ਜਾਨੀ ਨੇ ਫਿਰ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਨੇ ਬਹੁਤ ਸਾਰੇ ਸੁਪਰ ਹਿੱਟ Song ਜਿਹੜੇ ਸੀ ਪੰਜਾਬੀ ਇੰਡਸਟਰੀ ਨੂੰ ਵੀ ਦਿੱਤੇ। ਬਹੁਤ ਸਾਰੀ ਫਿਲਮਾਂ ਦੇ ਵਿੱਚ ਜਾਨੀ ਦੇ ਗੀਤ ਸੁਨੇ ਜਾਂਦੇ ਨੇ, ਜਾਨੀ ਦੁਆਰਾ ਲਿਖੇ ਹੋਏ ਗੀਤ ਤਾਨੂੰ ਹਰ ਕੋਈ ਸੁੰਦਾ ਹੈ ਅਰੇ ਇਹ ਪਹਿਲਾਂ ਕਿਸੇ ਨੂੰ ਨਹੀਂ ਸੀ ਪਤਾ ਕਿ ਜਾਨੀ ਇਹ ਸਭ ਗੀਤ ਲਿਖਦੇ ਨੇ ਉਹ ਗੀਤ ਸੁਪਰ ਹਿੱਟ ਤਾਂ ਹੁੰਦੇ ਸੀ ਪਰ ਸਿੰਗਰ ਦੇ ਨਾਮ ਦੇ ਉੱਪਰ ਇਹ ਕੋਈ ਨਹੀਂ ਸੀ ਜਾਣਦਾ ਕਿ ਜਾਨੀ ਹੀ ਇਹਨਾਂ ਦੇ ਪਿੱਛੇ ਅਸਲ ਵਜ੍ਹਾ ਹੈ ਜੋ ਇਸ ਗੀਤ ਨੂੰ ਬਹੁਤ ਬਿਹਤਰੀਨ ਬਣਾ ਰਿਹਾ ਹੈ ਜਾਨੀ ਜੋ ਕਿ ਅਕਸਰ ਕਹਿੰਦੇ ਨੇ ਹਮੇਸ਼ਾ ਸਿਚੁਏਸ਼ਨ ਨੂੰ ਦੇਖ ਕੇ ਹੀ ਹਰ ਇੱਕ ਗੀਤ ਲਿਖਦੇ ਰਹੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਜਾਨੀ ਦੀ ਜ਼ਿੰਦਗੀ ਦੇ ਵਿੱਚ ਐਸੇ ਬਹੁਤ ਸਾਰੇ ਹਾਸੇ ਹੋ ਚੁੱਕੇ ਨੇ ਜਾਂ ਫਿਰ ਉਹਨਾਂ ਨੇ ਬਹੁਤ ਕੁਝ ਜ਼ਿੰਦਗੀ ਦਾ ਤਜਰਬਾ ਕਰ ਲਿਆ ਹੈ ਜਿਸ ਕਰਕੇ ਉਹ ਇਸ ਤਰੀਕੇ ਦੇ ਗੀਤ ਲਿੱਤੇ ਨੇ ਪਰ ਨਹੀਂ ਜਾਨੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਸਿਚੁਏਸ਼ਨ ਨੂੰ ਦੇਖ ਕੇ ਗੀਤ ਲਿਖਦੇ ਨੇ ਜਿਵੇਂ ਕਿ ਉਹਨਾਂ ਦੇ ਦੋਸਤ ਦਾ ਬ੍ਰੇਕਅਪ ਜਦੋਂ ਦਾ ਬ੍ਰੇਕਅਪ ਹੋਇਆ ਸਿਚੁਏਸ਼ਨ ਬਣੀ ਉਹਨਾਂ ਨੇ ਗੀਤ ਲਿਖਿਆ ਇਸੇ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਗੀਤ ਲਿਖਦੇ ਨੇ ਅਕਸਰ ਜਾਨੀ ਆਪਣੇ ਗੀਤਾਂ ਦੇ ਵਿੱਚ ਇੱਕ ਹੋਰ ਚੀਜ਼ ਵੀ ਕਹਿੰਦੇ ਹੁੰਦੇ ਨੇ ਸ਼ਾਇਰ ਬਣੀ ਪਰ ਜਾਨੀ ਨਾ ਬਣੀ ਮਤਲਬ ਹਮੇਸ਼ਾ ਹੀ ਆਪਣੇ ਆਪ ਦੇ ਗੀਤ ਵਿੱਚ ਇਸ ਤਰੀਕੇ ਨਾਲ ਪ੍ਰੈਜੈਂਟ ਕਰਦੇ ਨੇ ਕਿ ਉਹਨਾਂ ਨੂੰ ਕਦੀ ਜਾਨੀ ਨਹੀਂ ਬੰਨਣਾ ਚਾਹੀਦਾ ਜਾਨੀ ਦੇ ਨਾਲ ਪਿਆਰ ਨਾ ਕਦੀ ਕਰੀ ਐਸੀ ਐਸੀ ਬਹੁਤ ਸਾਰੀਆਂ ਲਾਈਨਾਂ ਜਿਹੜੇ ਨੇ ਜਾਨੀ ਲਿਖਦੇ ਨੇ ਆਪਣੇ ਗੀਤਾਂ ਦੇ ਵਿੱਚ ਪਰ ਇਸ ਤੋਂ ਓਪੋਜ਼ਿਟ ਹੈ ਕਿਉਂਕਿ ਜਾਨੀ ਨੂੰ ਪਿਆਰ ਕਰਨ ਵਾਲੇ ਬਹੁਤ ਲੋਕ ਨੇ ਔਰ ਸਿਰਫ ਸਾਡੇ ਪੰਜਾਬ ਦੇ ਲੋਕ ਹੀ ਉਹਨਾਂ ਨੂੰ ਪਿਆਰ ਨਹੀਂ ਕਰਦੇ ਉਹਨਾਂ ਨੂੰ ਹਰ ਕੋਈ ਪਿਆਰ ਕਰਦਾ ਹੈ ਸਰ ਜਾਨੀ ਦੇ ਬਹੁਤ ਸਾਰੇ ਸੁਪਰ ਹਿੱਟ ਗੀਤ ਨੇ ਔਰ ਇਹ ਬਹੁਤ ਵਡਿਆ ਵਡਿਆ ਸੁਪਰ ਹਿੱਟ ਫਿਲਮਾਂ ਦੇ ਵਿੱਚ ਵੀ ਤੁਸੀਂ ਸੁਨੇ ਹੋਣੇ ਨੇ ਐਨਿਵਲ ਮੂਵੀ ਨੂੰ ਹਰ ਕਿਸੇ ਨੇ ਦੇਖਿਆ ਔਰ ਇਸ ਵਿੱਚ ਇੱਕ ਗੀਤ ਸੀਗਾ ਸਾਰੀ ਦੁਨੀਆ ਜਲਾ ਦੇਂਗੇ ਔਰ ਇਹ ਗੀਤ ਬਹੁਤ ਜ਼ਿਆਦਾ ਚੱਲਿਆ ਸੀਗਾ ਔਰ ਇਹ ਗੀਤ ਵੀ ਜਾਨੀ ਵੱਲੋਂ ਲਿਖਿਆ ਗਿਆ ਸੀ ਉਸ ਤੋਂ ਬਾਅਦ ਦੇਖਾ ਤੈਨੂੰ ਮੋਰਨੀ ਔਰ ਮਨ ਭਰਿਆ Song ਪਾਉਂ ਕੀ ਜੁੱਤੀ ਹੋ ਗਿਆ ਢੋਲਣਾ ਹੋ ਗਿਆ ਐਮੀ ਬਿਰਕ ਦੀ ਫਿਲਮ ਕਿਸਮਤ ਦੀ ਗਾਣੇ ਜੋ ਹੈ ਬਹੁਤ ਵਧੀਆ ਲਿਖੇ ਗਏ ਨੇ ਇਸ ਵਿੱਚ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੁਪਰ ਹਿੱਟ ਗੀਤ ਨੇ ਜੋ ਜੌਨੀ ਵੱਲੋਂ ਲਿਖੇ ਗਏ ਨੇ ਜਿਸ ਵਿੱਚ ਹਾਈ ਜੂਲੀਅਟ ਜੱਟ ਐਂਡ ਜੂਲੀਅਟ 3 ਦਾ ਰੀਸੈਂਟ ਗੀਤ ਹੈ ਇਸ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੋ ਜੌਨੀ ਦੀ ਗੀਤ ਦੀ ਜੇ ਮੈਂ ਗੱਲ ਕਰਾਂ ਤੇ ਤੁਸੀਂ ਲਿਸਟ ਬਹੁਤ ਵੱਡੀ ਹੈ ਔਰ ਇਹ ਲਿਸਟ ਸ਼ਾਇਦ ਮੈਂ ਬੋਲਦੀ ਬੋਲਦੀ ਪੂਰਾ ਪ੍ਰੋਗਰਾਮ ਜਿਹੜਾ ਹੈ ਇਸੇ ਲਿਸਟ ਵਿੱਚ ਖਤਮ ਹੋ ਜਾਵੇ ਸੋ ਇਹ ਜਿਹੜੇ ਸੁਪਰ ਹਿੱਟ ਗੀਤ ਮੈਂ ਤੁਹਾਨੂੰ ਦੱਸੇ ਨੇ ਇਸ ਤੋਂ ਇਲਾਵਾ ਜਾਨੀ ਦੇ ਵਿੱਚ ਔਰ ਬਹੁਤ ਸਾਰਾ ਟੈਲੈਂਟ ਹੈ ਔਰ ਇਹ ਦੇਖਣ ਨੂੰ ਮਿਲਦਾ ਹੈ ਜਾਨੀ ਜਿਹੜੇ ਨੇ ਲਿਖਦੇ ਗੀਤ ਕਿਵੇਂ ਨੇ ਇਹ ਵੀ ਮੈਂ ਤੁਹਾਨੂੰ ਦੱਸਦੀ ਆ ਜਾਨੀ ਦੀ ਇੱਕ ਗੱਲ ਤੁਹਾਨੂੰ ਦੱਸ ਦਈ ਸੀ ਦੱਸ ਦਿੱਤਾ ਕਿ ਇਹ ਸਿਚੁਏਸ਼ਨ ਨੂੰ ਦੇਖ ਕੇ ਗੀਤ ਲਿਖਦੇ ਨੇ ਜਾਨੀ ਕਹਿੰਦੇ ਨੇ ਉਹ ਕਦੀ ਵੀ ਗੀਤ ਨੂੰ ਲਿਖਦੇ ਨਹੀਂ ਨੇ ਯਾਨੀ ਕਿ ਅਗਰ ਉਹਨਾਂ ਨੂੰ ਕੁਝ ਲਾਈਨ ਯਾਦ ਆ ਗਈ ਕੁਝ ਪਤਾ ਲੱਗਾ ਉਹ ਲਿਖਦੇ ਨਹੀਂ ਨੇ ਉਹ ਹਮੇਸ਼ਾ ਕੀ ਕਰਦੇ ਨੇ ਆਪਣੀ ਮਾਈਂਡ ਵਿੱਚ ਗੇਟ ਨੂੰ ਰੱਖ ਲੈਂਦੇ ਨੇ ਯਾਨੀ ਕਿ ਉਸ ਲਾਈਨ ਨੂੰ ਕਿਸੇ ਵੀ ਚੀਜ਼ ਨੂੰ ਆਪਣੇ ਮਾਈਂਡ ਵਿੱਚ ਰੱਖ ਲੈਂਦੇ ਨੇ ਔਰ ਉਹਨਾਂ ਦੇ ਨਾਲ ਹਮੇਸ਼ਾ ਕੋਈ ਨਾ ਕੋਈ 뮤జిਸ਼ੀਅਨ ਹੁੰਦਾ ਹੀ ਹੈ ਜਦੋਂ ਉਹਨਾਂ ਦੀ ਮਾਈਂਡ ਵਿੱਚ ਕੋਈ ਗੱਲ ਆਂਦੀ ਹੈ ਕੋਈ ਗੀਤ ਆਉਂਦਾ ਹੈ ਕੋਈ ਲਾਈਨ ਆ ਜਾਂਦੀ ਹੈ ਤਾਂ ਉਹ ਆਪਣੇ 뮤జిਸ਼ੀਅਨ ਨੂੰ ਦੱਸਦੇ ਨੇ 뮤జిਸ਼ੀਅਨਾਂ ਮਿਲ ਕੇ ਉਹ ਇਸ ਗੀਤ ਨੂੰ ਤਿਆਰ ਕਰ ਦਿੰਦੇ ਨੇ ਔਰ ਇਸੇ ਤਰੀਕੇ ਨਾਲ ਇੱਕ ਗੀਤ ਤਿਆਰ ਹੋ ਜਾਂਦਾ ਹੈ ਇਹ ਹੈ ਜਾਨੀ ਦਾ ਅਸਲੀ ਟੈਲੈਂਟ ਕਿ ਉਹ ਇਸ ਤਰੀਕੇ ਦੇ ਨਾਲ ਗੀਤ ਨੂੰ ਬਣਾਉਂਦੇ ਨੇ ਇਸ ਤੋਂ ਇਲਾਵਾ ਹਮੇਸ਼ਾ ਸੀ ਇਹ ਚੀਜ਼ ਦੇਖਦੇ ਆਂ ਕਿ ਪੰਜਾਬੀ ਸਿੰਗਰ ਜਿੰਨੇ ਵੀ ਨੇ ਉਹਨਾਂ ਦੇ ਨਾਮ ਦੇ ਪਿੱਛੇ ਉਹਨਾਂ ਦੇ ਪਿੰਡ ਦਾ ਨਾਮ ਪਿਆ ਹੁੰਦਾ ਹੈ ਜਿਵੇਂ ਕਿ ਬੱਬੂ ਮਾਨ ਨੂੰ ਵੀ ਕਈ ਵਾਰ ਉਹਨਾਂ ਦੇ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਐਸੇ ਪੰਜਾਬੀ ਕਲਾਕਾਰ ਨੇ ਜਿਨ੍ਹਾਂ ਨੇ ਆਪਣੇ ਪਿੰਡ ਦਾ ਨਾਮ ਆਪਣੇ ਨਾਮ ਦੇ ਪਿੱਛੇ ਲਗਾਇਆ ਹੋਇਆ ਹੈ ਪਰ ਜੇ ਮੈਂ ਜਾਣੀ ਦੀ ਗੱਲ ਕਰਾਂ ਤੇ ਇਹਨਾਂ ਨੇ ਆਪਣੇ ਨਾਮ ਦੇ ਪਿੱਛੇ ਨਹੀਂ ਲਗਾਇਆ ਹੁਣ ਸਿੱਧੂ ਮਸੇਵਾਲੇ ਨੂੰ ਤੁਸੀਂ ਜਾਣਦੇ ਹੀ ਹੋ ਔਰ ਮਸੇਵਾਲਾ ਉਹਨਾਂ ਨੇ ਆਪਣੇ ਪਿੰਡ ਦਾ ਨਾਮ ਲਗਾਇਆ ਹੈ ਇਸੇ ਤਰੀਕੇ ਦੇ ਨਾਲ ਜਾਨੀ ਦੇ ਪਿੰਡ ਦਾ ਨਾਮ ਹੈ ਗਿੱਦੜਵਾਹਾ ਅਰਵਿੰਦ ਖੇਰਨ ਜਿਨ੍ਹਾਂ ਨੂੰ ਕੋន ਨਹੀਂ ਜਾਣਦਾ ਉਹ ਪੰਜਾਬੀ ਯੂਨੀਵਰਸਿਟੀ ਦੇ ਇੱਕ ਬਹੁਤ ਅੱਛੇ ਡਾਇਰੈਕਟਰ ਨੇ ਔਰ ਉਹਨਾਂ ਨੇ ਬਹੁਤ ਸਾਰੇ ਹਿੱਟ-ਹਿੱਟ ਗੀਤ ਜਿਹੜੇ ਦਿੱਤੇ ਨੇ ਇਸ ਉਹਨਾਂ ਨੇ ਇੱਕ ਵਾਰ ਜਾਨੀ ਨੂੰ ਕਿਹਾ ਸੀ ਕਿ ਤੂੰ ਕਦੇ ਵੀ ਆਪਣੇ ਨਾਮ ਦੇ ਪਿੱਛੇ ਗਿੱਦੜਵਾਹਾ ਨਾ ਲਗਾਏ ਕਿਉਂਕਿ ਇਹ ਬਹੁਤ ਅਜੀਬ ਸਾਊਂਡ ਕਰੇਗਾ ਤੁਸੀਂ ਖੁਦ ਸੋਚੋ ਜਾਨੀ ਗਿੱਦੜਵਾਹਾ ਕਿੰਨਾ ਅਜੀਬ ਲੱਗੇਗਾ ਹੈਨਾ ਇਹੀ ਚੱਕਾ ਸੀ ਕਿ ਜਾਨੀ ਨੇ ਕਦੇ ਆਪਣੇ ਨਾਮ ਦੇ ਪਿੱਛੇ ਆਪਣੇ ਪਿੰਡ ਦਾ ਨਾਮ ਨਹੀਂ ਲਗਾਇਆ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਪਿੰਡ ਦੇ ਲੋਕ ਥੋੜੇ ਨਿਰਾਜ਼ ਵੀ ਸੀ ਪਰ ਬਾਅਦ ਵਿੱਚ ਉਹ ਸਭ ਮੰਨ ਗਏ ਸੀ ਕਿਉ ਨਾਮ ਬਹੁਤ ਜ਼ਿਆਦਾ ਹੋ ਚੁੱਕਿਆ ਸੀਗਾ ਅਤੇ ਉਹ ਫੇਮਸ ਵੀ ਹੋ ਚੁੱਕੇ ਸੀਗੇ ਤੇ ਫਿਰ ਨਰਾਜ਼ਗੀ ਕਿਸੇ ਤੀਜ਼ੀ ਰਹਿੰਦੀ ਹੈ ਬਸ ਇਹੀ ਵਜ੍ਹਾ ਸੀ ਕਿ ਜਾਨੀ ਨੇ ਆਪਣਾ ਨਾਮ ਸਿਰਫ ਜਾਨੀ ਰੱਖਿਆ ਰਾਜੀਵ ਕੁਮਾਰ ਦੇ ਨਾਮ ਤੋਂ ਵੀ ਉਹਨਾਂ ਨੂੰ ਬਹੁਤ ਰੇਅਰ ਲੋਕ ਹੈ ਜੋ ਜਾਣਦੇ ਨੇ ਉਹਨਾਂ ਨੂੰ ਹਮੇਸ਼ਾ ਹਰ ਕੋਈ ਸਿਰਫ ਜਾਨੀ ਦੇ ਨਾਮ ਤੋਂ ਜਾਣਦਾ ਹੈ ਏਸੀ ਅੱਜ ਦੇ ਪ੍ਰੋਗਰਾਮ ਫਨਕਾਰ ਦੇ ਵਿੱਚ ਗੱਲਬਾਤ ਜਾਨੀ ਦੀ ਹਰ ਕਿਸੇ ਦੇ ਫੇਵਰਟ ਹਰਮਨ ਪਿਆਰੇ ਨੇ ਉਹ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਮੈਂ ਫੇਰ ਤੁਹਾਡੇ ਰਵਾਂਗੀ ਇੱਕ ਨਵੇਂ ਫਨਕਾਰ ਦੀ ਕਾਲ ਪਾ ਦੇ ਨਾਲ ਫਿਲਹਾਲ ਤੁਸੀਂ ਬਨੇ ਰਹਿਣਾ ਹਾਂ ਅਗਰ ਤੁਸੀਂ ਜਾਨੀ ਦੇ ਕਿਸੇ ਗਾਣੇ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਦੇ ਹੋ ਇਸ ਦਿਨ ਲਈ ਮੈਨੂੰ ਦਇਜਾਜ਼ਤ ਅਤੇ ਸਭ ਦਾ ਬਹੁਤ-ਬਹੁਤ ਧੰਨਵਾਦ